ਹਾਲ ਹੀ ਵਿੱਚ ਨਾਭਾ ਵਿਖੇ ਹਾਕੀ ਦਾ 44ਵਾਂ ਟੂਰਨਾਮੈਂਟ ਕਰਵਾਇਆ ਗਿਆ, ਜਿੱਥੇ ਕਿ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਧਰਮਸੋਤ ਨੇ ਅਕਾਲੀ ਦਲ 'ਤੇ ਸ਼ਬਦੀ ਵਾਰ ਕੀਤੇ ਅਤੇ ਹੋਰ ਵੀ ਕਈ ਮੁੱਦਿਆਂ 'ਤੇ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਅੱਤਵਾਦ ਨੂੰ ਅਕਾਲੀ ਦਲ ਵੱਲੋਂ ਹੀ ਲਿਆਂਦਾ ਗਿਆ ਸੀ ਅਤੇ ਗੈਂਗਸਟਰ ਵੀ ਅਕਾਲੀ ਦਲ ਨੇ ਦੁੱਧ ਮੱਖਣ ਨਾਲ ਪਾਲੇ ਹੋਏ ਨੇ। ਹੋਰ ਕੀ ਕੁਛ ਕਿਹਾ ਸਾਧੂ ਸਿੰਘ ਧਰਮਸੋਤ ਨੇ, ਆਓ ਸੁਣ ਲੈਂਦੇ ਹਾਂ। ਹਾਕੀ ਟੂਰਨਾਮੈਂਟ ਇੱਥੇ 44ਵਾਂ ਟੂਰਨਾਮੈਂਟ ਹੈ ਔਰ ਜੀ ਐਸ ਬੈਂਸ ਇਸ ਦੇ ਬਾਨੀ ਸੀ, ਅੱਜ ਉਹ ਦੁਨੀਆ 'ਚ ਨਹੀਂ ਰਹੇ ਭਾਵੇਂ, ਔਰ ਉਹਨਾਂ ਦੇ ਸਾਥੀ ਤਕੜੇ ਹੋ ਕੇ ਅੱਜ ਵੀ ਉਸ ਟੂਰਨਾਮੈਂਟ ਨੂੰ ਚਲਾ ਰਹੇ ਨੇ ਔਰ ਹਰ ਸਾਲ ਦੀ ਤਰ੍ਹਾਂ ਮੈਨੂੰ ਵੀ ਇੱਥੇ ਅੱਜ ਬੁਲਾਇਆ ਗਿਆ। ਮੈਂ ਆਪਣੀਆਂ ਦਿਲ ਦੀਆਂ ਗਹਿਰਾਈਆਂ 'ਚੋਂ ਸਾਰੇ ਇਸ ਜੋ ਟੀਮ ਹੈ ਜੋ ਟੂਰਨਾਮੈਂਟ ਕਰਾਉਂਦੇ ਨੇ ਉਹਨਾਂ ਨੂੰ ਵਧਾਈ ਦਿੰਦਾ ਹਾਂ ਔਰ ਧੰਨਵਾਦੀ ਵੀ ਹਾਂ ਕਿ ਸਾਡੇ ਨੌਜਵਾਨੀ ਨੂੰ ਬਚਾਉਣ 'ਚ ਖਾਸ ਕਰਕੇ ਖੇਡਾਂ ਦਾ ਵੱਡਾ ਇਹ ਹਿੱਸਾ ਹੁੰਦਾ ਹੈ। ਜਿਹੜੇ ਨੌਜਵਾਨ ਬੱਚੇ ਖੇਡਦੇ ਨੇ ਕੋਈ ਵੀ ਖੇਡ ਹੈ ਉਹ ਨਸ਼ਿਆਂ ਤੋਂ ਰਹਿਤ ਹੁੰਦੇ ਨੇ ਔਰ ਸਾਡਾ ਫਰਜ਼ ਬਣਦਾ ਸਾਰਿਆਂ ਦਾ ਕਿ ਆਉਣ ਵਾਲਾ ਭਵਿੱਖ ਹੈ ਸਾਡਾ ਦੇਸ਼ ਨੂੰ ਸੰਭਾਲਣਾ ਜਿਨ੍ਹਾਂ ਨੇ ਨੌਜਵਾਨੀ ਹੈ ਔਰ ਜਿਸ ਦੇਸ਼ ਦਾ ਨੌਜਵਾਨ ਦਿਮਾਗੀ ਅਤੇ ਜਿਸਮਾਨੀ ਤੌਰ 'ਤੇ ਮਜ਼ਬੂਤ ਆ ਉਹ ਦੇਸ਼ ਮਜ਼ਬੂਤ ਹੈ। ਸੋ ਇਸ ਕਰਕੇ ਮੈਂ ਇਹਨਾਂ ਦਾ ਦਿਲੋਂ ਧੰਨਵਾਦੀ ਹਾਂ ਕਿ ਹਰ ਸਾਲ ਇਹ ਟੂਰਨਾਮੈਂਟ ਕਰਾਉਂਦੇ ਨੇ। ਆਲ ਇੰਡੀਆ ਪੱਧਰ 'ਤੇ ਟੀਮਾਂ ਆਉਂਦੀਆਂ ਬੜੀ ਦੂਰੋਂ ਦੂਰੋਂ ਔਰ ਇਹ ਸੌਖਾ ਕੰਮ ਨਹੀਂ ਹੈ, ਸੌਖ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਔਰ ਨਿਭਾਉਣਾ ਬੜਾ ਔਖਾ ਹੈ। ਔਰ ਜਿੱਥੇ ਅੱਜ ਜੀ ਐਸ ਬੈਂਸ ਸਾਹਿਬ ਨਹੀਂ ਰਹੇ ਜਿਹਨਾਂ ਨੇ ਸ਼ੁਰੂਆਤ 1976 'ਚ ਕੀਤੀ ਸੀ, ਪਰ ਉਹਨਾਂ ਦੇ ਸਾਥੀ ਨੇ ਮਜ਼ਬੂਤ ਨੇ ਇਸ ਗੱਲ ਨੂੰ ਪਿੱਛੇ ਡਿੱਗਣ ਨਹੀਂ ਦਿੱਤਾ, ਟੂਰਨਾਮੈਂਟ ਲਗਾਤਾਰ ਕਰਾ ਰਹੇ ਨੇ। ਸੋ ਮੈਂ ਅੱਜ ਦੇ ਮੁਬਾਰਕ ਦਿਨ 'ਤੇ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਔਰ ਧੰਨਵਾਦੀ ਹਾਂ ਕਿ ਮੈਨੂੰ ਵੀ ਬੁਲਾ ਕੇ ਇਹਨਾਂ ਨੇ ਇੱਥੇ ਬੱਚਿਆਂ ਦਾ ਖੇਡਾਂ ਦੇਖਣ ਦਾ ਮੌਕਾ ਮਿਲਿਆ ਔਰ ਤੁਹਾਡੇ ਸਾਰਿਆਂ ਦੇ ਦਰਸ਼ਨ। ਅਕਾਲੀ ਦਲ ਸਥਾਪਨਾ ਦਿਵਸ ਮਨਾ ਰਹੇ ਆਪਣਾ, ਸੁਖਦੇਵ ਢੀਂਡਸਾ ਕਹਿ ਰਹੇ ਨੇ ਕਿ ਮੈਂ ਨਹੀਂ ਜਾਊਂਗਾ, ਮੈਂ ਲੀਡ ਕਰੂੰਗਾ। ਮੈਨੂੰ ਇਹ ਨਹੀਂ ਸਮਝ ਆਉਂਦੀ ਅਕਾਲੀ ਦਲ ਸੱਚਾ ਕੌਣ ਹੈ। ਸਰਦਾਰ ਸੁਖਦੇਵ ਸਿੰਘ ਢੀਂਡਸਾ ਅਤੇ ਹੋਰ ਕਿੰਨੇ ਬ੍ਰਹਮਪੁਰਾ ਜੀ, ਵੀਰ ਦਵਿੰਦਰ ਜੀ ਹੋਰ, ਉਹ ਕਹਿੰਦੇ ਅਸਲੀ ਸਾਡਾ ਅਕਾਲੀ ਦਲ ਹੈ, ਇਹ ਕਹਿੰਦੇ ਸਾਡਾ ਅਕਾਲੀ ਦਲ ਹੈ। ਮੈਨੂੰ ਇਉਂ ਲੱਗਦਾ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਸਾਰਿਆਂ ਨੂੰ ਪ੍ਰਵਾਨਿਤ ਹੁੰਦਾ ਸੀ, ਜੋ ਕਿਸੇ ਗੱਲ 'ਤੇ ਬਣਿਆ ਸੀ ਉਹ ਗੱਲ ਇਹਨਾਂ ਦੇ ਪੱਲੇ ਕਿਸੇ ਦੇ ਨਹੀਂ, ਆਪਣੀ ਆਪਣੀ ਡਫਲੀ ਬਣਾਉਣੇ ਵਜਾਉਂਦੇ ਫਿਰਦੇ ਨੇ। ਹੁਣ ਪਤਾ ਲੱਗ ਜਾਏਗਾ ਕੌਣ ਅਸਲੀ ਅਕਾਲੀ ਦਲ ਆ, ਕੌਣ ਨਕਲੀ ਅਕਾਲੀ ਦਲ ਆ। ਪਰਮਾਤਮਾ ਕਰੇ ਆਪਣੀ ਆਪਣੀ ਪਾਰਟੀ ਸੰਭਾਲ ਕੇ ਰੱਖਣ। ਇਹ ਵੀ ਕਿਹਾ ਵੀ ਇੱਕੇ ਪਰਿਵਾਰ ਹਾਵੀ ਹੁੰਦਾ ਜਾ ਰਿਹਾ ਅਕਾਲੀ ਦਲ, ਚਾਹੇ ਉਹ ਸ਼੍ਰੋਮਣੀ ਕਮੇਟੀ। ਮੈਨੂੰ ਇਉਂ ਲੱਗਦਾ ਕਿ ਢੀਂਡਸਾ ਸਾਹਿਬ 40 ਸਾਲ ਬਾਅਦ ਸੁੱਤੇ ਹੀ ਉੱਠੇ ਆ। ਮੁੰਡਾ ਉਹਦਾ 4 ਵਾਰੀ 5 ਵਾਰੀ MLA ਬਣ ਗਿਆ, ਖਜ਼ਾਨਾ ਮੰਤਰੀ ਬਣ ਗਿਆ, ਅਪੋਜੀਸ਼ਨ ਦਾ ਲੀਡਰ ਬਣ ਗਿਆ, ਆਪ ਕਿੰਨੀ ਵਾਰੀ ਰਾਜ ਸਭਾ ਦੇ ਮੈਂਬਰ ਬਣ ਲਏ। ਅਤੇ ਇਹ 20 ਸਾਲ ਪਹਿਲਾਂ ਸੋਚਣਾ ਚਾਹੀਦਾ ਸੀ ਕਿ ਇੱਕ ਪਰਿਵਾਰ ਤਕੜਾ ਹੋ ਰਿਹਾ, ਕਿਉਂ ਨੂੰ ਹਿੰਦੁਸਤਾਨ ਦੀ ਸਰਕਾਰ 'ਚ ਮਿਨਿਸਟਰ, ਮੁੰਡਾ ਅਕਾਲੀ ਦਲ ਦਾ ਪ੍ਰਧਾਨ, ਮੁੰਡਾ ਡਿਪਟੀ CM, ਆਪ CM, ਅਕਾਲੀ ਦਲ ਦਾ ਪ੍ਰਧਾਨ। ਸੋ ਇੱਕ ਘਰ 'ਚ ਇਹ 2 ਦਹਾਕੇ ਪਹਿਲਾਂ ਸੋਚਣਾ ਚਾਹੀਦਾ ਸੀ ਜਿਹੜਾ ਪੰਜਾਬ ਦੇ ਲੋਕਾਂ ਦਾ ਭਲਾ ਹੋ ਸਕਦਾ ਸੀ, ਜਿਹੜਾ ਚਿੱਟੇ ਦੀ ਬਿਮਾਰੀ ਆ, ਹੋਰ ਆ ਜਿਹੜੇ ਨੇ ਆ ਫਿਰਦੇ ਨੇ ਆ ਮੁੰਡੇ ਜੈਂਸਟਰ, ਇਹਨਾਂ ਤੋਂ ਪੰਜਾਬ ਬਚ ਜਾਂਦਾ। ਇਹ ਹਿੰਮਤ ਜੇ ਪਹਿਲਾਂ ਦਿਖਾਈ ਹੁੰਦੀ ਤਾਂ ਬਹੁਤ ਵੱਡੀ ਗੱਲ ਸੀ। ਖੈਰ ਦੇਖੋ ਹੁਣ ਤੇਲ ਦੇਖੋ, ਤੇਲ ਦੀ ਧਾਰ ਦੇਖੋ ਕੀ ਹੁੰਦਾ ਹੈ ਦੋਨਾਂ ਦੇ ਵਿਚਕਾਰ। ਢੀਂਡਸੇ ਨੇ ਵੀ ਕਿਹਾ ਮੈਂ ਪਾਰਟੀ ਨਹੀਂ ਛੱਡਾਂਗਾ, ਨਾਲੇ ਇਹ ਬਿਆਨ ਨਾਲੇ ਇਹ, ਤੁਸੀਂ ਕੀ ਮੰਨਦੇ? ਇਹਨਾਂ ਦੀਆਂ ਇਹੀ ਜਾਣਦੇ ਨੇ
ਜਦੋਂ ਮੁੰਡਿਆਂ ਨੇ ਕਿਸੇ ਦਬਾ ਲਿਆ ਉਦੋਂ ਠੀਕ ਹੈ, ਜਦੋਂ ਪੁੱਤਰ ਮੋਹ ਜਾਗ ਪਿਆ ਜਿੱਧਰ ਪੁੱਤਰ ਕਹੇਗਾ ਉੱਧਰ ਚਲੇ ਜਾਏਗਾ। ਅੱਛਾ, ਅਕਾਲੀ ਦਲ ਮੋਹਾਲੀ ਦੇ ਵਿੱਚ ਕਾਨਫਰੰਸ ਕਰ ਰਿਹਾ, ਸੁਖਬੀਰ ਬਾਦਲ ਰੋਕ ਲਗਾ ਰਹੇ ਨੇ ਮਾਈਨਿੰਗ ਦੇ, ਗੁੰਡਾ ਟੈਕਸ ਲੈ ਰਹੇ ਆ ਕਾਂਗਰਸੀ। ਮੈਨੂੰ ਇਹ ਨਹੀਂ ਸਮਝਣ ਦੀ, ਕਹਿੰਦਾ ਕਿਸੇ ਨੇ ਕਿਹਾ, ਕਹਿੰਦੇ ਅਮਲੀਆ ਤੇਰੇ 'ਤੇ ਕਹਿੰਦੇ ਹਾਸਾ ਵੀ ਆਉਂਦਾ ਅਤੇ ਗੁੱਸਾ ਵੀ ਆਉਂਦਾ। ਇੱਕ ਗੀਤ ਚੱਲਿਆ ਸੀ, ਇਹ ਜਿਹੜੇ 10 ਸਾਲ ਪਹਾੜਾਂ ਦੇ ਪਹਾੜ ਖਤਮ ਕਰਤੇ, ਨਦੀਆਂ ਅਤੇ ਨਾਲੇ ਰੇਤੇ ਕੋਈ ਛੱਡੇ ਨਹੀਂ, ਚਿੱਟੇ ਤੋਂ ਲੈ ਕੇ ਰੇਤੇ ਤੱਕ ਦਾ ਕਾਰੋਬਾਰ ਇੱਥੇ ਹੋਇਆ, 2 ਨੰਬਰ 'ਚ ਹੋਇਆ। ਉਹ ਲੋਕ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਤੇ ਜਿਹੜੇ ਪੰਜਾਬ ਦੇ ਲੋਕਾਂ ਨੂੰ ਅੱਗੇ ਲਿਜਾਉਣਾ ਚਾਹੁੰਦੀ ਹੈ, ਪੰਜਾਬ ਦੇ ਲੋਕਾਂ ਦੀ ਤਰੱਕੀ ਕੀਤੀ ਹੈ, ਕਿਸਾਨਾਂ ਦੀ ਮਦਦ ਕੀਤੀ ਹੈ, ਗਰੀਬ ਦੀ ਮਦਦ ਕੀਤੀ ਹੈ, ਇੰਡਸਟਰੀ ਸਥਾਪਿਤ ਕੀਤੀ ਹੈ, ਉਹ ਲੋਕ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨਹੀਂ ਉਹ ਕਹਿੰਦੇ ਨੇ। ਇਹ ਤਾਂ ਭਾਈ ਤੁਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ, ਜਿਵੇਂ ਸਿਆਣੇ ਕਹਿੰਦੇ ਨੇ 100 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ ਹੈ। ਅੱਜ KPS ਗਿੱਲ ਦੀ ਦੂਜੀ ਜਿਹੜੀ ਬਰਸੀ ਚੰਡੀਗੜ੍ਹ ਮਨਾਈ ਗਈ, ਸੀਐਮ ਸਾਹਿਬ ਵੀ ਉੱਥੇ ਗਏ। ਕਿੱਥੇ? ਚੰਡੀਗੜ੍ਹ KPS ਗਿੱਲ। ਮੈਨੂੰ ਨਹੀਂ ਪਤਾ, ਮੈਨੂੰ ਪਤਾ। ਅਤੇ ਤੁਹਾਨੂੰ ਲੱਗਦਾ ਵੀ KPS ਨੇ ਬਹੁਤ ਵੱਡਾ ਬਲੀਦਾਨ ਦਿੱਤਾ ਹੈਗਾ, ਉਹਨਾਂ ਕਾਰਨ ਹੀ ਜਿਹੜਾ ਹੈਗਾ ਗਾ ਜਿਵੇਂ ਅੱਤਵਾਦੀ ਖਤਮ ਹੋ ਗਿਆ? ਨਹੀਂ, KPS ਗਿੱਲ ਨੇ ਆਪਣਾ ਕੰਮ ਕੀਤਾ, ਬਾਕੀਆਂ ਨੇ ਆਪਣਾ ਕੰਮ ਕੀਤਾ, ਹਰ ਸਮੇਂ 'ਚ ਆਪਣਾ ਆਪਣਾ ਕੋਈ ਕੰਮ ਕਰਦਾ ਹੈ। ਮੈਂ ਉਸ ਨੂੰ ਨਾ ਚੰਗਾ ਕਹਿ ਸਕਦਾ ਨਾ ਮਾੜਾ ਕਹਿ ਸਕਦਾ। ਇਹ ਨਾਗਰਿਕਤਾ ਜਿਹੜਾ 100 ਰੁਪਏ ਲਾਇਆ ਜਾ ਰਿਹਾ, ਕਿਸ ਤਰ੍ਹਾਂ ਦੇਖਦਾ? ਇਹ ਦੇਸ਼ ਧਰੋਹੀ ਮਤਾ ਹੈ, ਬਿੱਲ ਹੈ, ਇਹ ਦੇਸ਼ ਦੀ ਜਨਤਾ ਨਾਲ ਧੋਖਾ ਹੈ। ਪਹਿਲਾਂ ਆਪਣੀ ਇਤਨੀ ਆਬਾਦੀ ਉਹਨੂੰ ਸੰਭਾਲ ਲਈ ਅਸੀਂ, ਇੱਕ ਪਾਸੇ ਕਹਿੰਦੇ ਆਬਾਦੀ ਬੜੀ ਹੋ ਗਈ, 150 ਕਰੋੜ ਹੋ ਗਿਆ, ਸਾਡੇ ਕੋਲ ਨੌਕਰੀਆਂ ਹੈ ਨਹੀਂ, ਸਾਡੇ ਕੋਲ ਬੱਚਿਆਂ ਨੂੰ ਦੇਣ ਵਾਸਤੇ ਪੜ੍ਹਾਈ ਹੈ ਨਹੀਂ, ਸਾਡੇ ਕੋਲ ਬੱਚਿਆਂ ਨੂੰ ਨੌਕਰੀਆਂ ਹੈ ਨਹੀਂ। ਸੋ ਮੈਂ ਸਮਝਦਾ ਕਿ ਆਪਣੇ ਦੇਸ਼ ਦੇ ਬੱਚਿਆਂ ਨੂੰ ਤਾਂ ਕਹਿ ਰਿਹਾ ਦੇਖੋ ਇੱਕ ਹੀ ਬੱਚਾ ਪੈਦਾ ਕਰਿਓ, ਆਬਾਦੀ ਬੜੀ ਵੱਧ ਗਈ, ਅਤੇ ਦੇਸ਼ ਦੇ ਲੋਕਾਂ ਨਾਲ ਨਿਰਾ ਇਹ ਧੱਕਾ ਹੈ, ਇਹ ਨਹੀਂ ਹੋਣਾ ਚਾਹੀਦਾ। ਬੀਜੇਪੀ ਕਿਉਂ ਕਰ ਰਹੀ ਹੈ, ਇਹਨਾਂ ਨੂੰ ਕੀ ਇੰਟਰਸਟ? ਇਹ ਬੀਜੇਪੀ ਨੇ ਪੁੱਠੇ ਹੀ ਕੰਮ ਕਰਨੇ ਆ, GST ਦਾ ਚੰਗਾ ਕੀਤਾ ਉਹ ਵੀ ਲੋਕ ਮਾਰੂ, ਅਤੇ ਆਪਣਾ ਨੋਟਬੰਦੀ ਉਹ ਵੀ ਗਰੀਬ ਮਾਰੂ, ਛੋਟੇ ਵਪਾਰੀ ਮਾਰੂ। ਇਹਨਾਂ ਨੂੰ ਤਾਂ ਇੱਕੋ ਹੀ ਗੱਲ ਸੁਝਦੀ ਆ, ਵੱਡੇ ਬੰਦੇ ਅਡਾਨੀ ਅਮਾਨੀ ਟਾਟਾ ਬਾਟਾ, ਅਤੇ ਜੋ ਪੁੱਠਾ ਕੰਮ ਹੈ ਇਹਨਾਂ ਨੇ ਕਰਨਾ। ਜੱਗੂ ਭਗਵਾਨਪੁਰੀ ਆ ਜਿਹੜਾ ਗੈਂਗਸਟਰ ਦਾ ਜੇਲ੍ਹ ਦੇ ਵਿੱਚ ਆ, ਉਹ ਕਹਿੰਦਾ ਮੇਰੀ ਜਾਨ ਨੂੰ ਖਤਰਾ ਆ, ਇਹ ਪੁਲਿਸ ਇਨਕਾਊਂਟਰ ਨਾ ਕਰ ਦਿਓ, ਹਾਈ ਕੋਰਟ ਦੀ ਸ਼ਰਨ 'ਚ ਗਿਆ, ਤੁਹਾਨੂੰ ਕੀ ਲੱਗਦਾ ਕੀ ਸਟੰਟ ਆ ਇਹ? ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਕਾਂਗਰਸ ਪਾਰਟੀ ਦੀ ਸਰਕਾਰ ਨੇ ਕਦੇ ਇਨਕਾਊਂਟਰ ਨਹੀਂ ਕੀਤਾ, ਇਹ ਉਹਨਾਂ ਦਾ ਦਿਲ ਦਾ ਵਹਿਮ ਹੈ। ਜੋ ਇਨਸਾਫ ਕੋਰਟ ਦੇਵੇਗੀ ਉਹ ਸਾਰਿਆਂ ਨੂੰ ਉਹਨੂੰ ਸਲਾਮ ਕਰਨਾ ਪੈਂਦਾ ਹੈ, ਪਰ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਾਂਗੇ, ਨਾ ਕਦੇ ਕੀਤੀ ਆ ਕਾਂਗਰਸ ਪਾਰਟੀ ਦੀ ਸਰਕਾਰ ਨੇ। ਇੱਥੇ ਅੱਤਵਾਦ ਲਿਆਂਦਾ ਸੀ ਉਹ ਵੀ ਅਕਾਲੀ ਦਲ ਦੀ ਦੇਣ ਸੀ, ਜੇ ਆ ਜਿਹੜੀ ਗੈਂਗਸਟਰ ਹੈ ਇਹ ਵੀ 10 ਸਾਲ ਦੇ ਅਕਾਲੀ ਦਲ ਦੇ ਮੱਖਣ ਅਤੇ ਦਹੀਂ ਅਤੇ ਦੁੱਧਾਂ ਨਾਲ ਪਾਲੇ ਹੋਏ ਨੇ, ਪਰ ਇਹ 'ਤੇ ਕੰਟਰੋਲ ਸਾਨੂੰ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਕਰਨਾ ਆਉਂਦਾ ਔਰ ਕਰਾਂਗੇ। ਰੰਗਲਾ ਟੀਵੀ ਲਈ ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ।